ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਤੂੰ ਇਹ ਵਿਆਹ ਨਹੀਂ ਕਰੇਗਾ। ਪਤਾ ਹੈ ਕਿਉਂ? ਕਿਉਂਕਿ ਤੂੰ ਇੱਕ ਨੰਬਰ ਦਾ ਫਰੌਡ ਤੇ ਪੈਸਿਆਂ ਲਈ ਕੁੜੀਆਂ ਦੀ ਲਾਈਫ ਬਰਬਾਦ ਕਰਨ ਵਾਲਾ ਇੱਕ ਨੰਬਰ ਦਾ ਬਦਮਾਸ਼ ਬੰਦਾ ਹੈ। ਤੇ ਮੈਨੂੰ ਇਹ ਵੀ ਪਤਾ ਹੈ ਤੇਰੇ ਤੇ ਫਰੌਡ ਦੇ ਕਈ ਕੇਸ ਵੀ ਚੱਲ ਰਹੇ ਨੇ। ਤੈਨੂੰ ਕੀ ਲੱਗਿਆ ਸੀ ਕਿ ਮੈਂ ਆਪਣੀ ਵਾਈਫ ਤੇ ਭਰੋਸਾ ਨਾ ਕਰਕੇ ਇੱਕ ਬਾਹਰੋਂ ਆਏ ਬੰਦੇ ਤੇ ਯਕੀਨ ਕਰਾਂਗਾ? ਮੇਰੇ ਤੇ ਸ਼ਿਵਿਕਾ ਦਾ ਭਰੋਸਾ ਉਸ ਪੱਥਰ ਵਾਂਗ ਹੈ ਜਿਹਦੇ ਉੱਤੇ ਜਿੰਨੇ ਮਰਜ਼ੀ ਹਥੌੜੇ ਮਾਰ ਲਓ ਉਹ ਟੁੱਟੇਗਾ ਨਹੀਂ। ਤੂੰ ਹੁਸ਼ਿਆਰੀ ਤਾਂ ਬਹੁਤ ਦਿਖਾਈ ਪਰ ਤੇਰੀ ਹੁਸ਼ਿਆਰੀ ਮੇਰੇ ਅੱਗੇ ਚੱਲੀ ਨਹੀਂ। ਮਿਸਟਰ ਸਹਿਗਲ ਇਹ ਭੁੱਲ ਗਏ ਸੀ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਆ ਜੋ ਇੱਕ ਨਾ ਇੱਕ ਦਿਨ ਇਹਦੇ ਤੱਕ ਪਹੁੰਚ ਹੀ ਜਾਣਗੇ। ਤੈਨੂੰ ਕੀ ਲੱਗਿਆ ਸੀ ਐਡੇ ਵੱਡੇ ਪਰਿਵਾਰ ਦੇ ਨਾਲ ਧੋਖਾ ਕਰਕੇ ਤੂੰ ਬਚ ਜਾਏਗਾ? ਨਹੀਂ ਕਾਕਾ, ਇਸ ਵਾਰ ਤੂੰ ਗਲਤ ਜਗ੍ਹਾ ਤੇ ਸ਼ਿਕਾਰ ਕਰਨ ਆ ਗਿਆ। ਦੱਸ ਕੀ ਕਰਨ ਆਇਆ ਤੂੰ ਇੱਥੇ? ਕੀ ਕਾਰਨ ਹੋ ਸਕਦਾ ਹੈ ਇੰਸਪੈਕਟਰ ਸਾਹਿਬ? ਜਦੋਂ ਇਹਨੇ ਦੇਖਿਆ ਕਿ ਕਾਵਿਆ ਇੰਨੇ ਵੱਡੇ ਘਰ ਦੀ ਧੀ ਹੈ ਤੇ ਪਹੁੰਚ ਗਿਆ ਬਸ ਇਹਨੂੰ ਫਸਾਉਣ। ਇਹ ਤਾਂ ਭਲਾ ਹੋਵੇ ਇਸ਼ਾਨ ਦਾ ਜਿਹਨੇ ਸੱਚ ਦਾ ਪਤਾ ਲਗਾ ਲਿਆ। ਲਕੀਲੀ ਤੇ ਇਹਦਾ ਸੱਚ ਪਤਾ ਲੱਗਦਿਆਂ ਹੀ ਮੈਂ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਸੀ। ਲੈ ਜਾਓ ਇਹਨੂੰ ਇੱਥੇ ਇੰਸਪੈਕਟਰ ਸਾਹਿਬ। ਮੈਂ ਨਹੀਂ ਚਾਹੁੰਦੀ ਕਿ ਮੇਰੀ ਭੈਣ ਨੂੰ ਦੇਖ ਕੇ ਹੋਰ ਪਰੇਸ਼ਾਨ ਹੋਵੇ। ਲੈ ਚਲੋ ਇਹਨੂੰ। ਇੱਕ ਮਿੰਟ, ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫਤ।